ਨਾਲ ਟਰੈਕਟਰ ਦੇ ਟਾਇਰਾਂ 'ਚ ਹਵਾ ਘੱਟ ਚਾਹੀਦੀ ਆ, ਅੱਗੇ ਫਰੰਟ 'ਤੇ ਹੋਰ ਵੇਟ ਚਾਹੀਦੇ ਨੇ। ਮੈਸੀ 9500 ਚੱਲ ਰਿਹਾ ਅਤੇ ਚੱਕਰ ਕੋਈ ਵੀ ਨਹੀਂ ਤੋੜਦਾ ਟਰੈਕਟਰ, ਖਿਚਾਈ ਵਧੀਆ ਟਰੈਕਟਰ ਦੀ, ਬਸ ਵੇਟ ਦੀ ਕਮੀ ਆ ਟਰੈਕਟਰ ਦੇ ਵਿੱਚ ਜੀ। ਕਿਸਾਨ ਵੀਰੋ, ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਦਿਖਾਉਂਦੇ ਹਾਂ ਤੁਹਾਨੂੰ ਮੈਸੀ 9500 ਸਮਾਰਟ ਮਾਡਲ ਆ, ਫੋਰ ਵੀਲ ਡਰਾਈਵ ਦੇ ਅੰਦਰ 3 ਪਲਾਓ ਨੇ ਪਿੱਛੇ, ਅਤੇ ਟਰੈਕਟਰ ਦੀ ਖਿਚਾਈ ਤੁਹਾਨੂੰ ਦਿਖਾਉਂਦੇ ਹਾਂ ਵੀ ਕਿੱਦਾਂ ਦੀ ਖਿਚਾਈ ਆ ਅਤੇ ਕੀ ਪਰਫੋਰਮੈਂਸ ਆ, ਕਿੰਨੇ ਚੱਕਰਾਂ 'ਤੇ ਚੱਲਦਾ। ਲਓ ਜੀ, ਪਲਾਓ ਲਾ ਤੇ ਥੱਲੇ, ਖਿਚਾਈ ਚੈੱਕ ਕਰੋ। ਥੱਲੇ ਹੁਣ ਲਾਲ ਮਿੱਟੀ ਗੱਡੀ ਜਾਂਦਾ ਪੱਟ ਪੱਟ ਕੇ ਪੂਰੀ, ਅਤੇ ਸਲਿੱਪ ਤਾਂ ਮਾਰਦਾ ਟਰੈਕਟਰ 'ਚ। ਵੇਟ ਦੀ ਕਮੀ ਲੱਗਦੀ ਆ ਮੈਨੂੰ ਫਿਲਹਾਲ, ਕਿਉਂਕਿ ਫਰੰਟ 'ਤੇ ਸਲਿੱਪਿੰਗ ਬਹੁਤ ਆ ਰਹੀ ਆ ਟਰੈਕਟਰ ਨੂੰ, ਹੋਰ ਵੇਟ ਚਾਹੀਦਾ ਟਰੈਕਟਰ 'ਚ। ਅਤੇ ਬਾਕੀ ਆਪਾਂ ਬਾਈ ਤੋਂ ਪੁੱਛਾਂਗੇ ਵੀ ਕਿੱਦਾਂ ਚੱਲਦਾ ਟਰੈਕਟਰ। ਆਰ ਪੀ ਐੱਮ ਤਾਂ ਡਰੋਪ ਨਹੀਂ ਕਰਦਾ, ਬਿਲਕੁਲ ਆਰ ਪੀ ਐੱਮ ਨਹੀਂ ਡਰੋਪ ਕਰਦਾ, ਵੇਟ ਘੱਟ ਆ ਟਰੈਕਟਰ 'ਚ। ਰੂਟਰੀ ਪੰਪ ਵਾਲਾ ਮਾਡਲ ਆ, ਮੈਸੀ ਸਮਾਰਟ ਸੀਰੀਜ਼ ਦਾ ਮਾਡਲ ਆ, 9557 ਹਾਊਸ ਪਾਵਰ ਦਾ ਟਰੈਕਟਰ ਆ, ਫੋਰ ਵੀਲ ਡਰਾਈਵ ਦੇ ਅੰਦਰ। ਬਾਕੀ ਖਿਚਾਈ ਦੇਖ ਲਓ ਤੁਸੀਂ। ਲਓ ਜੀ, ਸਲਿੱਪ ਬਹੁਤ ਆ ਭਾਈ। ਰੋਕੀ ਕਿੰਨੇ ਚੱਕਰਾਂ ਵਿੱਚ ਲਾਉਣਾ? 1600 ਤੇ ਕਿੰਨੇ ਆਰ ਪੀ ਐੱਮ ਡਰੋਪ ਕਰਦਾ? ਕਿੰਨੇ ਆਰ ਪੀ ਐੱਮ? 150-200। ਮੈਨੂੰ ਲੱਗਦਾ ਵੇਟ ਦੀ ਕਮੀ ਆ ਟਰੈਕਟਰ 'ਚ, ਵਜ਼ਨ ਘੱਟ ਆ। ਉਹ ਸਲਿੱਪ ਬਹੁਤ ਮਾਰਦਾ। ਚੈੱਕ ਕਰ ਲਓ ਪਲਾਓ ਦੀ, ਜ਼ਮੀਨ ਵੀ ਗਿੱਲੀ ਆ ਫਿਲਹਾਲ ਤਾਂ। ਬਾਕੀ 100-150 ਆਰ ਪੀ ਐੱਮ ਡਰੋਪ ਕਰਦਾ, 200। ਬਾਕੀ ਸਮੋਕ ਤਾਂ ਹੈ ਨਹੀਂ, ਬਿਲਕੁਲ ਸਮੋਕ ਨਹੀਂ ਹੈਗੀ। ਚੈੱਕ ਕਰ ਲਓ, ਥੋੜ੍ਹਾ ਖੁੱਲ੍ਹ ਕੇ ਜੇ ਵੀ ਚੱਲਦਾ ਰਹਿੰਦਾ ਹੈ ਨਾ। ਜ਼ਮੀਨ ਵੀ ਗਿੱਲੀ ਆ ਥੱਲੇ, ਮੈਂ ਕਹਿੰਦਾ ਜ਼ਮੀਨ ਵੀ ਗਿੱਲੀ ਆ। ਇਹਦੇ ਫਰੰਟ 'ਤੇ ਵੇਟ ਘੱਟ ਆ ਟਰੈਕਟਰ ਦੇ, ਸਲਿੱਪ ਬਹੁਤ ਮਾਰਦਾ ਅਗਲੇ ਟਾਇਰ ਦਾ। ਲਓ ਜੀ, ਆਲੂਆਂ ਵਾਸਤੇ ਜ਼ਮੀਨ ਤਿਆਰ ਹੋਣ ਲੱਗੀ ਹੋਈ ਆ। ਉੱਧਰ ਸਵਰਾਜ ਰੂਟਾਵੇਟਰ ਮਾਰ ਰਿਹਾ, ਸਾਰੀ ਪੁਰਾਲੀ ਜ਼ਮੀਨ ਦੇ ਹੇਠਾਂ ਦੱਬ ਦੇਣੀ ਆ। ਪਹਿਲੇ ਢੰਗਾਈ ਫੁੱਟ ਫੁੱਟ ਦੀ ਢੰਗਾਈ ਆ। ਬਾਕੀ ਜਿਹੜੇ ਮੈਸੀ ਨੂੰ ਪਿਆਰ ਕਰਦੇ ਨੇ, ਵੀਡੀਓ 'ਚ ਕਮੈਂਟ ਜ਼ਰੂਰ ਕਰਿਓ। ਬਾਕੀ ਆਪਾਂ ਵੀਰ ਤੋਂ ਹੋਰ ਜਾਣਕਾਰੀ ਲੈਂਦੇ ਹਾਂ। ਕਿੰਨਾ ਟਾਈਮ ਹੋ ਗਿਆ ਟਰੈਕਟਰ ਨੂੰ ਲਿਆਉਂਦੇ ਨੂੰ ਯਾਰ ਇਹਨੂੰ? ਹੈਂ? ਹਾਂ, 72 ਘੰਟੇ ਚੱਲਿਆ। ਮੈਨੂੰ ਲੱਗਦਾ ਖੁੱਲ੍ਹਿਆ ਵੀ ਨਹੀਂ, ਮਾੜਾ ਮੋਟਾ ਰਾਣਾ ਵੀ ਨਹੀਂ ਹੋਇਆ ਅਜੇ ਕਿ ਚੱਲਦਾ ਫੁੱਲ ਲੋਡ। ਹਾਂ, ਤੇਲ ਕਿੰਨਾ ਲੈਂਦਾ ਘੰਟੇ ਦਾ? ਕਰਿਆ ਚੈੱਕ? ਆਪਣੇ 9500 ਬਹੁਤ ਘੱਟ ਆ ਇੱਧਰ ਨੂੰ। ਮੈਸੀ ਦਾ ਤੇਲ ਖਰਚਾ ਹੀ ਘੱਟ ਆ। ਹਾਂ, ਲਓ ਜੀ, ਤੇਲ ਖਰਚਾ ਘੱਟ ਦੱਸਦੇ ਨੇ ਮੈਸੀ ਦਾ, ਚੈੱਕ ਕਰ ਲਓ। ਟਰੈਕਟਰ ਦੀ ਪਰਫੋਰਮੈਂਸ ਪੂਰੀ ਢੰਗਾਈ ਲੈ ਰਹੇ ਨੇ।
ਲੈਣੇ ਆ ਗੇਅਰ ਆਪਾਂ ਆਉਣ ਬਾਈਕ ਤੋਂ। ਲਓ ਜੀ ਟੂ ਵੀਲ ਗੇਅਰ ਲਾਤਾ, ਹੁਣ ਦੇਖਦੇ ਆ ਖਚਾਈ। ਆਰਾਮ ਨਾਲ ਖਿੱਚੀ ਜਾਂਦਾ। ਲਓ ਜੀ ਟੂ ਵੀਲ 'ਤੇ ਵੀ ਆਰਾਮ ਨਾਲ ਖਿੱਚੀ ਜਾਂਦਾ ਪੂਰਾ, ਕੋਈ ਲੋਡ ਨਹੀਂ ਹੈਗਾ। ਫੋਰ ਵੀਲ ਅਤੇ ਟੂ ਵੀਲ ਦਾ ਕੋਈ ਚੱਕਰ ਹੀ ਨਹੀਂ ਲੱਗਦਾ ਮੈਨੂੰ ਤਾਂ। ਇਹ ਫੋਰ ਵੀਲ ਆਏ ਤਾਂ ਤੋਰਾ ਵੱਧਦਾ। ਹਾਂ ਇਹਦਾ ਵੇਟ ਘੱਟ ਆ ਟਰੈਕਟਰ 'ਤੇ। ਲੈ ਵੀ ਫੁੱਟ ਫੁੱਟ ਪੂਰੀ ਫੁੱਟ ਜ਼ਮੀਨ ਪੱਟ ਕੇ ਖੜਦੀ ਇੱਕ ਫੁੱਟ। ਟਾਇਰਾਂ 'ਚ ਹਵਾ ਵੀ ਘੱਟ ਚਾਹੀਦੀ, ਵੇਟ ਵੀ ਵੱਧ ਚਾਹੀਦਾ ਇਹਦਾ। ਹਵਾ ਘਟਾਈ ਯਾਰ ਮੀਟਰ ਚੈੱਕ। ਤਾਰ ਦਾ ਯਾਰ ਮੈਨੂੰ ਪਾਣਾ ਟਾਂਗੇ ਬਹੁਤ ਅੱਛੇ ਸੀ ਕਦੇ। ਮੈਂ ਵੀਡੀਓ ਪਾਊਂਗਾ ਯਾਰ ਕੱਟ ਕੇ। ਲਓ ਜੀ ਮੇਰੇ ਹਿਸਾਬ ਨਾਲ ਟਰੈਕਟਰ ਦੇ ਟਾਇਰਾਂ 'ਚ ਹਵਾ ਘੱਟ ਚਾਹੀਦੀ ਆ, ਅੱਗੇ ਫਰੰਟ 'ਤੇ ਹੋਰ ਵੇਟ ਚਾਹੀਦੇ ਨੇ। ਮੈਸੀ 9500 ਚੱਲ ਰਿਹਾ ਅਤੇ ਚੱਕਰ ਕੋਈ ਵੀ ਨਹੀਂ ਤੋੜਦਾ ਟਰੈਕਟਰ, ਖਿਚਾਈ ਵਧੀਆ ਟਰੈਕਟਰ ਦੀ, ਬਸ ਵੇਟ ਦੀ ਕਮੀ ਆ ਟਰੈਕਟਰ ਦੇ ਵਿੱਚ, ਅਤੇ ਵੇਟ ਹੋਰ ਚਾਹੀਦਾ ਟਰੈਕਟਰ ਦੇ ਵਿੱਚ। 3 ਰਿਵਰਸੀਬਲ ਪਲਾਓ ਚਲਾ ਰਿਹਾ ਟਰੈਕਟਰ, ਖਿਚਾਈ ਬਹੁਤ ਵਧੀਆ ਟਰੈਕਟਰ ਦੀ। ਲਓ ਜੀ ਡੂੰਘਾਈ ਵੀ ਚੈੱਕ ਕਰ ਲਓ, ਪੂਰੀ ਡੂੰਘਾਈ ਲੈ ਰਹੇ ਨੇ ਪਲਾਓ। ਬਾਕੀ ਜਿਹੜੇ ਮੈਸੀ ਲਵਰ ਨੇ ਉਹਨਾਂ ਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਟਰੈਕਟਰ ਦੇ ਫਰੰਟ 'ਚ ਵੇਟ ਹੋਣਾ ਬਹੁਤ ਜ਼ਰੂਰੀ ਆ, ਉੱਦਾਂ ਟੂ ਵੀਲ ਡਰਾਈਵ 'ਚ ਵੀ ਖਿੱਚਦਾ ਟਰੈਕਟਰ। 3 ਪਲਾਓ ਟੂ ਵੀਲ ਡਰਾਈਵ 'ਚ ਵੀ ਖਿਚਾਈ ਆ ਟਰੈਕਟਰ ਦੀ, ਅਤੇ ਬਾਈ ਨੇ ਤੇਲ ਖਰਚਾ ਵੀ ਘੱਟ ਦੱਸਿਆ ਟਰੈਕਟਰ ਦਾ ਹੋਰ ਟਰੈਕਟਰਾਂ ਨਾਲੋਂ। ਲਓ ਜੀ ਡੂੰਘਾਈ ਚੈੱਕ ਕਰ ਲਓ, ਖਾਲ ਪਾਈ ਆਉਂਦਾ ਪਿੱਛੇ ਪੂਰਾ। ਬਾਕੀ ਵੀਡੀਓ 'ਚ ਕਮੈਂਟ ਜ਼ਰੂਰ ਕਰਿਆ ਕਰੋ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਧੰਨਵਾਦ ਜੀ।